ਜੇ ਤੁਸੀਂ 70-75 ਸਾਲ ਦੀ ਉਮਰ ਤੇ ਹੋ ਸਾਰੀ ਉਮਰ ਨੌਕਰੀਆਂ ਕਰਕੇ ਤੁਸੀਂ ਫੇਰ ਵੀ ਨਹੀਂ ਰਜੇ ਤੁਹਾਡਾ ਫੇਰ ਵੀ ਪੇਟ ਨਹੀਂ ਭਰਿਆ ਫਿਰ ਬਾਬਾ ਨਾਨਕ ਨੇ ਕਿਹਾ ਭੁੱਖਾ ਭੁੱਖ ਨਾ ਉਤਰੇ ਜੇ ਮਨਾਂ ਪੁਰੀਆਂ ਆਪ ਅੱਛਾ ਸਰ ਜੋ ਤੁਸੀਂ ਸਾਰੀਆਂ ਗੱਲਾਂ ਕਹੀਆਂ ਮੁਲਾਜ਼ਮਾਂ ਤੇ ਵੀ ਗੱਲਾਂ ਕਹੀਆਂ ਨੇ ਤੁਸੀਂ ਵੀ ਮੁਲਾਜ਼ਮ ਰਹਿ ਚੁੱਕੇ ਹੋ ਹੁਣ ਰਿਟਾਇਰ ਹੋ ਗਏ ਹੋ ਹੁਣ ਇਹ ਸਵਾਲ ਜੇ ਤੁਹਾਨੂੰ ਕੋਈ ਕਰ ਲਵੇ ਤੁਸੀਂ ਵੀ ਰਿਟਾਇਰਮੈਂਟ ਦੇੰਨੇ ਪੈਸੇ ਲੈਣੇ ਹੋ ਤੁਸੀਂ ਪੈਸੇ ਕੀ ਕਰਨੇ ਹੋ ਜੇ ਤੁਸੀਂ ਵੀ ਕਿਸੇ ਗਰੀਬ ਨੂੰ ਪੈਸੇ ਦੇਣੇ ਹੋ ਵੀ ਐਨੇ ਨੇ ਤਨਖਾਹ ਵਾਲੇ ਨੇ ਮੁਲਾਜ਼ਮ ਹਾ ਮੇਦਨ ਮੈਂ ਕਹਿਣਾ ਪੈ ਗਿਆ ਵੀ ਨਜਾਇਜ਼ ਦੇ ਰਹੀ ਹੈ ਸਰਕਾਰ ਇਹਨਾਂ ਤੋਂ ਕਾਓ ਵੀ ਪੈਨਸ਼ਨ ਅੱਜ ਦੇ ਰਹੀ ਹੈ ਹਾਂ ਜਿੰਨੀ ਦੇ ਰਹੀ ਹੈ ਜਿੰਨੀ ਜ਼ਿਆਦਾ ਮੇਰੀ ਭੈ ਮੈਂ ਤਾਂ 20 ਵਾਰੀ ਦਸੀ ਹੈ ਮੇਰੀ ਪੈਨਸ਼ਨ 1 ਲੱਖ ਰੁਪਿਆ ਸੀਗੀ ਜਿੱਦੇ ਚੰਨੀ ਸਭ ਦੀ ਸਰਕਾਰ ਉਹ 1 ਲੱਖ 8000 ਹੋ ਗਈ ਉਹਨਾਂ ਦੇ ਜਾਂਦੇ ਤੱਕ ਹੁਣ 1 ਲੱਖ 43 43000 ਹੋ ਗਈ ਜਿੱਦੇ ਦੇ ਆਏ ਨੇ ਇਹ ਬੁੱਢਿਆਂ ਨੂੰ ਐਨੇ ਪੈਨਸ਼ਨ ਦੇਣਾ ਕੀ ਮਤਰਾ ਇਹਦਾ ਮੇਰੀ ਪੈਨਸ਼ਨ ਵਧੀ ਹੈ ਬਾਕੀਆਂ ਦੀ ਵੀ ਇੰਨੀ ਵਧੀ ਹੈ ਮੈਨੂੰ ਕਦੇ ਨਾ ਨਾ ਮਿਲ ਰਹੀ ਏਦਾਂ ਹੀ ਨੌਕਰੀਆਂ ਨਾਲ ਨੂੰ ਇਦੋਂ ਦੁੱਗਣਾ ਵਧ ਗਿਆ ਇਹਦਾ ਮਤਲਬ ਜਿਹਨੂੰ ਪਹਿਲਾਂ ਲੱਖ ਪੈਨਸ਼ਨ ਵੀ BC ਦਾ ਨੌਕਰੀ ਵਾਲੇ ਨੂੰ ਸਵਾ ਦੋ ਲੱਖ ਤਨਖਾਹ ਮਿਲ ਰਹੀ ਸੀ ਜੇ ਉਹਦੀ 50000 ਵਧ ਗਈ ਤਾਂ ਇਹਦਾ ਮਤਲਬ ਲੱਖ ਰੁਪਏ ਵਧ ਗਏ ਸਵਾ ਦੋ ਲੱਖ ਦੇ ਸਵਾ ਲੱਖ ਹੋ ਗਿਆ ਦੂਜੇ ਪਾਸੇ ਸੀ ਨੌਜਾਨ ਲੜਕੇ ਲੜਕੀਆਂ ਤੁਹਾਡੇ ਵਰਗੇ ਨੇ ਉਹਨਾਂ ਨੂੰ ਕਿੰਨੋਂ 50000 ਕੇ 10000 ਕੇ 15000 ਤੇ ਉਹਦੇ ਮੁੰਜੇ ਕੁੱਟ ਲਿਓ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਜਿਹਨੂੰ 50000 ਤੋਂ ਵੱਧ ਪੈਨਸ਼ਨ ਮਿਲਦੀ ਹੈ ਤੇ 1 ਲੱਖ ਤੋਂ ਵੱਧ ਤਨਖਾਹ ਮਿਲਦੀ ਹੈ ਉਹਨੂੰ ਕਹੋ ਵੀ ਅਸੀਂ ਹੁਣ ਉਹਦਾ ਖੋਹ ਤਾਂ ਸਕਦੇ ਨਹੀਂ ਤੁਸੀਂ ਉਹਨੂੰ ਕਹਾਂ ਅਸੀਂ ਹੁਣ ਤੋਂ ਤੁਹਾਨੂੰ ਇੱਕ ਪੈਸਾ ਨਹੀਂ ਦਵਾਂਗਾ ਪਹਿਲਾਂ ਅਸੀਂ ਆ ਜਿਹੜੇ ਨਵੇਂ ਲੜਕੇ ਲੜਕੀਆਂ ਨੇ ਇਹਨਾਂ ਨੂੰ ਦਾਂਗੇ ਕਹੋ ਨਾ ਅਰੇ ਸਾਰੇ ਕਹਿਣ ਸਾਰੇ ਵਿਦਵਾਨ ਇਹ ਕਹਿੰਦੇ ਅੱਜ ਤੋਂ ਕਦੌਣਾ ਬੰਦ ਕਰ ਦਿਓ ਜਿੰਨੇ ਬੱਗੇ ਹੋਏ ਨੇ ਜਿੰਨਿਆਂ ਨੂੰ ਪੈਨਸ਼ਨ ਮਿਲਦੀ ਆ 50000 ਤੋਂ ਵੱਧ ਜਿੰਨੂੰ ਪੈਨਸ਼ਨ ਮਿਲਦੀ ਆ 1 ਲੱਖ ਤੋਂ ਵੱਧ ਤਨਖਾਹ ਮਿਲਦੀ ਆ ਉਹਨੂੰ ਕਹੋ ਭਾਈ ਹੁਣ ਹੱਥ ਜੋੜੇ ਅਜੇ ਸਾਡੇ ਕੋਲ ਪੈਸੇ ਨਹੀਂ ਆਹ ਦੇਾਂਗੇ ਜਲ ਹੋਏ ਅਜੇ ਨਹੀਂ ਹੈਗੇ ਅਜੇ ਪਹਿਲਾਂ ਅਸੀਂ ਇਹਨਾਂ ਦਿੰਦੇ ਨੇ ਤੁਸੀਂ ਸੁੱਕੇ ਦਰਸਾਂ ਨੂੰ ਪਾਣੀ ਪਾਈ ਜਾਂਦੇ ਹੋ ਤੇ ਨਵੇਂ ਬੀਜ ਨੂੰ ਤੁਸੀਂ ਭੰਗਰ ਨਹੀਂ ਦੇ ਰਹੇ ਇਹ ਕੋਈ ਕੋਈ ਇਨਸਾਫ ਨਹੀਂ ਹੈ ਇਹ ਤੇ ਇਨਸਾਫ ਹੀ ਹੈ ਇਹ ਧੱਕਾ ਹੈ ਧੱਕੇ ਦੀ ਜੋਰ ਜੀ ਰਮਾਈ ਰਮਦੀ ਹੈ ਕਿਉਂ ਮਲਾਜ਼ਮ ਇਕੱਠੇ ਨੇ ਪੈਨਸ਼ਨ ਇਕੱਠੇ ਨੇ ਸਾਨੂੰ ਆ ਵੀ ਦੇ ਦਿਓ ਆ ਵੀ ਦੇ ਦਿਓ ਸੇਵ ਸਵਾਵਾ ਸਾਨੂੰ ਮੁਫਤ ਮੈਂ ਅੱਜ ਫੁਟੇਜ ਜਾ ਕੇ ਰਾਜ ਕਰਾਣਾ ਤਾਂ ਵੀ ਮੈਨੂੰ ਸਰਕਾਰ ਤੋਂ ਪੈਸਾ ਮਿਲੇਗਾ ਗਰੀਬ ਆਦਮੀ ਨੂੰ ਸਰਕਾਰੀ ਹਸਤਾਚਾ ਨਾਜ਼ਰੀ ਮਿਲਦਾ ਕੰਮ ਨਹੀਂ ਕਰਦਾ ਸਮਾਜ ਤੇ ਸੇਵ ਸਵਾਵਾ ਮੈਨੂੰ ਮੁਫਤ ਪੈਨਸ਼ਨ ਮੇਰੇ ਕੋਲੇ ਹੁਣ ਤਾਂ ਮੈਂ ਕੁਝ ਨਹੀਂ ਕਰ ਰਿਹਾ ਸਰਕਾਰ ਦਾ ਪਰਾ ਯੂਨੀਟਮ ਸਰਕਾਰ ਨੇ ਖਾਤੀ ਕਰੀ ਆ ਨਾ ਜਿਹੜੇ ਹਸਪਤਾਲ ਖੋਲੇ ਮੈਡੀਕਲ ਕਾਲਜ ਖੋਲੇ ਉਹ ਸਰਕਾਰ ਨਹੀਂ ਖੋਲੇ ਨੇ ਉਹ ਮੈਂ ਛੋਟੇ-ਛੋਟੇ ਮੇਰੇ ਬਾਪ ਨੇ ਛੋਟੇ-ਛੋਟੇ ਨੇ ਇਹ ਕੋਈ ਤਰੀਕਾ ਨਹੀਂ ਹੈ ਇਹ ਤਰੀਕਾ ਮਿਸਮੈਨੇਜਮੈਂਟ ਹੈ ਕਿਉਂਕਿ ਸਭ ਰਾੜੇ ਹੋਏ ਨੇ ਜਿੰਨੇ ਮਲਾਜ਼ਮ ਹੋਰ ਨੇ ਉਹ ਸਾਰੇ ਬਹੁਤੇ ਉਹਨਾਂ ਦੀ ਨਹੀਂ ਜਿਹਨੇ ਰਾਜ ਕਰਦੇ ਨੇ ਅਸਲ ਤੋਂ ਤਾਂ ਨਹੀਂ ਹੱਥ ਪਾਉਂਦੇ ਤੁਸੀਂ ਪੁੱਛ ਕੇ ਦੇਖਣੋ ਆ ਸਾਰੇ ਪੋਲੀਟੀਸ਼ੀਅਨ ਨੂੰ ਪੁੱਛੋ ਕਿ ਜੀ ਬੀਵੀ ਕਿਸਦੇ ਚਾਚੇ ਤਾਂ ਹੈ ਕਿਸਦੇ ਭੈਣ ਭਾਈ ਕਿਸਦੇ ਕਾਤਾ ਸਭ ਉਹੀ ਲੱਗੇ ਹੋਏ ਨੇ ਔਰ ਇਹਨਾਂ ਚੋ ਮжоਰਿਟੀ ਹੋਰ ਗੱਲ ਹੈ ਅੱਜ ਸਰਵੇਖਣ ਕਰ ਲਓ ਮжоਰਿਟੀ ਬਾਹ ਮੈਜੋਰਟੀ ਦੇ ਬੱਚੇ ਬਾਹਰ ਨੇ ਜਾਇਦਾਦਾਂ ਬਾਹਰ ਬਣਾਈਆਂ ਹੋਈਆਂ ਨੇ ਉਹ ਤਾਂ ਉਹ ਕਿ ਤਕਰਾਇ ਦੇ ਕੰਮ ਕਰਦੇ ਨੇ ਤਾਂ ਸੋ ਜਿਹੜਾ ਕਿਰਾਏ ਦਾ ਕੰਮ ਕਰਦਾ ਉਹਨੇ ਲੈਣਾ ਕੀ ਹੈ ਸੋ ਇਸ ਕਰਕੇ ਆਪਾਂ ਇਹ ਪ੍ਰੀਖਿਆ ਛੱਡੀਏ ਉਹ ਪੰਜਾਬ ਨਾਲ ਜਦ ਤੂੰ ਉਹ ਹਿੱਤਾ ਉਰੇ ਰਹੋਗੇ ਉਰੇ ਦੁੱਖ ਹੈ ਸੁੱਖ ਹੈ ਚੰਗਾ ਹੈ ਮਾੜਾ ਹੈ ਇੱਥੇ ਇੱਥੇ ਕਰੋਗੇ ਤੁਸੀਂ ਸੋ ਜਿਹੜਾ ਜਦ ਤੁਸੀਂ ਇਹਦੇ ਵਿੱਚ ਭੱਜੋਗੇ ਫਿਰ ਕੀ ਕਰੋਗੇ ਤੁਹਾਡੇ ਜਿੱਥੋਂ ਦਾ ਫਿਊਚਰ ਸਿਕਰ ਹੈ ਉੱਥੇ ਵੀ ਆਪਣੇ ਬੱਚੇ ਬਾਹਰ ਸੈਟਲ ਨੇ ਆਪਾਂ ਲੈਣਾ ਕੀ ਹੈ ਫਿਰ ਤਾਂ ਇਹ ਕੀ ਮਤਾਂ ਦੇ ਹੀ ਜਾਊਗਾ ਤੁਸੀਂ ਆਪਣੇ ਬੱਚੇ ਕਿਉਂ ਬਾਹਰ ਭੇਜਣ ਲੋਕਾਂ ਨੂੰ ਕਹੀ ਜਾਂਦੇ ਹੋ ਵੀ ਲੋਕ ਜੀ ਬਾਹਰ ਬੱਚੇ ਤੇ ਜਾ ਰਹੇ ਨੇ ਤੁਹਾਡੇ ਬੱਚੇ ਕਿਉਂ ਵਰਗੇ ਨੇ ਵੀ